अंदर होने इंते आज मैं बोल तो गिनी गिनी के पद ले ले आ साजे कोचेल भी नहीं बचदी ए नवीन किसन छड़िया ए कौन है अंदर शुक्र करो अंदर आ गया है क्यों मैं शुक्र करा वो जांदा ही नहीं किते क्यों नहीं जांदा ਬਾਅਦ ਚ ਹੱਸ ਕੇ ਵਹਾ ਦਿੰਦਾ
ਡੁੱਬ ਕੇ ਮਰ ਜਾ ਮੇਰਾ ਬੰਦਾ ਮੈਨੂੰ ਬੈੱਡ ਟੀ ਪਿਆਨਾ ਹੁੰਦਾ ਸੀ ਉਹ ਬੈੱਡ ਟੀ ਪਿਆਨਾ ਸੀ ਨਾ ਤੂੰ ਅੰਦਰ ਚੱਲ ਮੈਂ ਬੈੱਡ ਦੇ ਉੱਤੇ ਇੱਜਾ ਗਲਾਸ ਤਨ ਪਿਆਵਾਂਗਾ ਸਤੂਆਂਗਾ ਪਰੇ ਦਬਾਓ ਆਪਣੇ ਆਪਣੇ ਵਰਗੀ ਠੰਡੀ ਚੀਜ਼ ਸੀ ਪਿਆਵੀ ਗੰਦਾ ਤੂੰ ਬੜੀਆ ਗਰਮ ਕਰਨਾ ਹੁਣ ਤੇ ਤੂੰ ਕੀ ਹੈ ਵੇ ਕਿਉਂ ਮਰ ਕੇ ਉਹ ਤੇਰੀਆਂ ਮਰ ਜਣਿਆ ਦਾ ਲਾਂ ਡਿੱਗਦੀਆਂ ਰਹਿੰਦੀਆਂ ਨੇ ਕੀ ਵਜ੍ਹਾ ਮੈਂ ਨਿਕਾਹ ਖਾਨ ਨੂੰ ਕਹਿ ਆਇਆ ਜਿਹੜੀਆਂ ਤੇਰੀਆਂ ਡਿਗੜੀਆਂ ਨੇ ਨਾ ਚੱਲ ਉਹ ਤੈਨੂੰ ਪਤਾ ਲੱਗ ਸੀ ਮੈਂ ਨਹੀਂ ਇਹਦੇ ਨਾਲ ਵਿਆਹ ਕਰਨਾ ਵੇਖ ਕਹਿੰਦੀ ਉਹ ਚਾਂਦਨੀ ਮੁੰਡਾ ਬਣ ਗਈ ਮੇਰਾ ਉਹਦੇ ਨਾਲ ਵਿਆਹ ਕਰਨਾ ਉਹ ਮੁੰਡੇ ਨਾਲ ਨਹੀਂ ਵਿਆਹ ਤੇਰਾ ਮੇਰਾ ਹੋਏਗਾ ਤੇਰਾ ਹਾਂ ਬਿਲਕੁਲ ਤੇਰਾ ਮੇਰਾ ਹੋਏਗਾ ਇਸ ਘਰ ਦਾ ਮਾਲਕ ਮੈਂ ਆ ਤੁਸੀਂ ਕੌਣ ਹੋ ਹੈ ਤੁਸੀਂ ਕੌਣ ਹੋ ਮੈਂ ਇਸ ਘਰ ਦਾ ਮਾਲਕ ਹਾਂ ਜਿਹੜਾ ਮਰ ਗਿਆ ਨਾ ਉਹਦਾ ਭਰਾ ਵਾਂ ਯਾਨੀ ਸਾਡੇ ਨਵੇਂ ਮਾਲਕ ਹੋ ਨਵੇਂ ਮਾਲਕ ਮੌਲਾ ਤੁਹਾਡੀਆਂ ਜ਼ਿੰਦਗੀਆਂ ਕਰੇ ਪਰ ਮੈਨੂੰ ਯਕੀਨ ਨਹੀਂ ਹੋਰ ਸੁਣਾਓ ਮੇਰੀ ਗੱਲ ਸੁਣੋ ਬੰਦਾ ਅੰਦਰੋਂ ਕੰਮ ਕਰਦਾ ਆਵੇ ਤੇ ਕਮੀਜ਼ ਸਹੀ ਕਰ ਲੈਣੀ ਚਾਹੀਦੀ ਤੇ ਸਹੀ ਨਹੀਂ ਆ ਕਮੀਜ਼ ਦੇਖੋ ਇਹ ਸੌਰਵ ਦਾ ਕਿੱਥੇ ਕਿੱਥੇ ਗਿਆ ਇਹ ਤੁਹਾਡਾ ਕੋਈ ਫਿਲਮਾਂ ਵਾਲਾ ਨਾਲ ਤਲਕ ਹੈ ਜੀ ਮੈਨੂੰ ਵੀਰ ਦੁਨੀਆ ਫਿਲਮਾਂ ਵਾਲਾ ਤਲਕ ਮੈਂ ਫਿਲਮਾਂ 'ਚ ਕੰਮ ਕਰਨਾ ਇੱਥੇ ਕੁੜੀ ਨਹੀਂ ਆਉਂਦੀ ਮੈਂ ਫਿਲਮ ਸਟਾਰ ਵੈਰੀ ਗੁੱਡ ਉਹ ਮੇਰੇ ਪਿੱਛੇ ਦੇ ਆਉਂਦੀ ਹੈ ਤੁਸੀਂ ਤਾਂ ਬੜੇ ਚੰਗੇ ਹੋ ਸਾਹਿਬ ਜੀ ਮੈਨੂੰ ਵੀ ਜਰਾ ਫਿਲਮਾਂ 'ਚ ਠੁਕਾ ਹੋ ਤੇ ਤੁਹਾਨੂੰ ਮੰਨਣਾ ਮੈਂ ਤੂੰ ਫਿਲਮ ਸਟਾਰ ਹੈ ਮੈਂ ਫਿਲਮ ਕੀਤਾ ਚੰਗਾ ਭਲਾ ਨੂੰ ਬੀਬੀ ਬੀਬੀ ਕਹਿੰਦੇ ਸਾਂ ਹੁਣ ਬਾਬਾ ਬਾਬਾ ਕਹਾਂਗੇ ਕੀ ਬਣੇਗਾ ਕੋਈ ਐਸੀ ਗੱਲ ਨਹੀਂ ਕੁਛ ਨਹੀਂ ਬੰਦਾ ਤੇਰਾ ਆ ਪਹਿਲਵਾਨ ਜੀ ਕੀ ਹਾਲ ਏ ਉਹ ਤੂੰ ਸੁਣਾ ਠੀਕ ਹੋ ਹੋਰ ਸੁਣਾਓ ਕਿੰਨੂੰ ਮਿਲਣਾ ਜੇ ਤੂੰ ਸੁਣਾ ਤੂੰ ਕੀ ਅੱਜ ਕੱਲ ਕਰ ਰਿਹਾ ਬਸ ਠੀਕ ਬੜਾ ਸੋਹਣਾ ਹੈ ਉਹ ਦੱਸ ਓਏ ਆ ਨੌਕਰ ਕਾਣਾ ਕਰਦਾ ਪਿਆ ਜੇ ਲੈ ਕਾਣਾ ਕਰਦਾ ਪਿਆ ਜਿਹੜਾ ਪਹਿਲੇ ਕਾਣਾ ਆਇਆ ਉਹਨੂੰ ਕੀ ਕਾਣਾ ਕਰਦਾ ਕਿੱਧਰ ਕੁਛ ਨਹੀਂ ਐਵੇਂ ਝਾਕਾ ਹੀ ਹੁੰਦਾ ਹੈ ਝਾਕਾ ਨਹੀਂ ਹੁੰਦਾ ਪੀੜ ਹੁੰਦੀ ਏ ਕਿੰਨੂੰ ਪੀੜ ਹੁੰਦੀ ਆ ਜਦੋਂ ਮਾਰੇਗੀ ਪਹਿਲਵਾਨ ਆਦਮੀ ਜੇ ਤੂੰ ਤੇਰੇ ਲਾਗੇ ਜਾਣਾ ਮਰਨਾ ਕਿੱਥੇ ਕੁਛ ਨਹੀਂ ਨਾ ਬਾਰ ਬਾਰ ਕੰਨ ਤੇ ਹੱਥ ਨਹੀਂ ਮਾਰੀਦਾ ਹੁੰਦਾ ਅਗਲੇ ਦਾ ਦਿਲ ਕਰ ਪਵੇ ਕੌਣ ਜ਼ਿੰਮੇਦਾਰ ਏ ਕਿੱਥੇ ਮਾਰਾਂ ਨਾ ਕਰ ਮੇਰੀ ਗੱਲ ਸੁਣ ਹਾਂ ਤੂੰ ਮੈਨੂੰ ਪਛਾਣਿਆ ਨਹੀਂ ਤੁਹਾਨੂੰ ਮੈਂ ਵਾਕਿਆ ਨਹੀਂ ਪਛਾਣਿਆ ਉਹ ਤੇਰੀ ਬੇਗਮ ਸਾਹਿਬਾ ਜੀ ਸੀ ਜਾਨ ਤੂੰ ਮੁੰਡਾ ਬਣ ਗਿਆ ਬਣ ਗਈ ਨਾ ਮੈਂ ਹੁਣ ਉਹ ਤੁਹਾਨੂੰ ਪਤਾ ਡਾਕਟਰ ਨੇ ਮੇਰਾ ਪਤਾ ਨਹੀਂ ਕੀ ਕੀਤਾ ਪਤਾ ਨਹੀਂ ਕੀ ਕੀ ਹੁੰਦਾ ਕੀ ਹੁੰਦਾ ਕੀ ਦੱਸ ਕਿ ਅੱਗੇ ਤੂੰ ਔਰਤ ਆਏ ਹੁਣ ਤੂੰ ਮੁੰਡਾ ਹੋ ਗਈ ਤੈਨੂੰ ਕੀ ਮਜ਼ਾ ਆ ਰਿਹਾ ਹਾਏ ਮੇਰਾ ਪਤਾ ਨਹੀਂ ਕਿਉਂ ਨਹੀਂ ਇਸ ਤਰ੍ਹਾਂ ਕਰਨ ਦੀ ਬੜਾ ਦਿਲ ਕਰਦਾ ਇਹ ਕੀ ਇਹ ਬਗੈਰਤੀ ਹੈ ਜੀ ਅੱਛਾ ਕੁੜੀ ਨੂੰ ਵੇਖ ਕੇ ਕਿਉਂ ਇੰਜ ਹੁੰਦਾ ਕੁੜੀ ਨੂੰ ਵੇਖ ਕੇ ਹੋਣੀ ਆ ਖੋਤੇ ਨੂੰ ਵੇਖ ਕੇ ਹੁੰਦਾ ਹੈ चोरी की मैं वैसे पंजा लिया देना ਅਸਾ ਗੰਜੇ ਦੇ ਅਸੀ ਉਹਨੂੰ ਪਤਾ ਯਾਰ ਮਾਨ ਲੋ ਕਿ ਉਹ ਪਤਾ ਹੁਣ ਮੈਂ ਹੋ ਗਈ ਬੰਦਾ ਵੈਸੇ ਮੈਂ ਦੱਸੋ ਭੰਗੇ ਕਰਦੇ ਕੀ ਨੇ ਹਾਂ ਪੁਰਾ ਕਰਦੇ ਜਿਸ ਤਰ੍ਹਾਂ ਤੂੰ ਲੱਗਾ ਇਹ ਸੋਹ ਨਹੀਂ ਲੱਗਦੀ ਕੁੜੀ ਨੂੰ ਵੇਖ ਕੇ ਬਣਾਉਂਦਾ ਇਹ ਕੁੜੀ ਨੂੰ ਵੇਖ ਕੇ ਹੀ ਹੋਣਾ ਤੁਸੀਂ ਇਹ ਪਤਾ ਕੀ ਹੈ ਤੁਸੀਂ ਬੰਦੇ ਤਾਂ ਹੋ ਗਏ ਹੁਣ ਤੁਸੀਂ ਫਿਰ ਫਾਟ ਹੋ ਬਿਲਕੁਲ ਇਹਨੂੰ ਚੈੱਕ ਕਰ ਲਓ ਹਾਂ ਮੈਨੂੰ ਦਰ ਬਿੱਠੇ ਮੂੰਹ ਹੀ ਮੈਂ ਤਾਂ ਕਹਿੰਦੀ ਮੈਂ ਚੈੱਕ ਕਰ ਰਿਹਾ ਮੈਂ ਕਹਿੰਦੀ ਜਲਾ ਤੂੰ ਹੀ ਚੈੱਕ ਕਰਾ ਲੈ ਜਾਂਦੇ ਹੋਏ ਕੰਮ ਮੈਂ ਪਿੰਡ ਹੀ ਛੱਡਤਾ ਸੀ ਸਿੱਧੀਆਂ ਕਰਨਾ ਮਰਾਸੀਆ ਆਟਾ ਪਈ ਜਾਂਦਾ ਕੀ ਕਿਉਂ ਲੁਕਣਾ ਭਾਈਆਂ ਮੈਂ ਆ ਕੁਛ ਨਹੀਂ ਆਵੇ ਚੱਕ
ਕਰਦਾ ਯਾਰ ਕਿਉਂ ਡਰਦੇ ਮੇਰੇ ਕੋ ਸਾਰੇ ਆ ਤੇਰੇ ਕੋ ਭਲਾ ਕਿਉਂ ਡਰਦੇ ਨੇ ਹਾਂਜੀ ਤੂੰ ਨਵਾਂ ਨਵਾਂ ਮੁੰਡਾ ਹੈ ਨਾ ਖੁਰਕੀ ਜਾਂਦਾ ਖੁਰਕੀ ਟੈਂਚੀ ਲੈ ਕੇ ਤੈਨੂੰ ਕੱਟ ਲਾ ਥੋੜੀ ਜਿਹੀ ਫਿਰ ਤੈਨੂੰ ਠੀਕ ਹੋ ਜਾਏ ਸ਼ਕਲ ਪਛਾਣੀ ਤੂੰ ਮੈਨੂੰ ਪਛਾਣਿਆ ਨਹੀਂ ਕੌਣ ਹੈ ਉਹ ਤੇਰੀ ਬੇਗਮ ਸਾਹਿਬਾ ਨਹੀਂ ਸੀ ਆਓ ਹੁਣ ਮੈਂ ਹੋ ਗਿਆ ਚਾਂਦ ਬਾਬਾ ਗੋਸ਼ਤ ਮੰਗਾਉਂਦੀ ਸੀ ਨਹੀਂ ਆ ਗੋਸ਼ਤ ਮੰਗਾਉਂਦੀ ਸੀ ਨਾ ਪਤਾ ਨਹੀਂ ਡਾਕਟਰ ਨੇ ਕੀ ਕੀਤਾ ਅੰਨਾ ਵੱਡਾ ਪਤਾ ਨਹੀਂ ਕੀ ਅੰਦਰ ਸੀ ਕੋਈ ਨਾ ਉਹਨੇ ਤਾਂ ਅੰਦਰੋਂ ਆਂਦਰਾਂ ਕੱਢ ਲੀਆਂ ਲੇਡੀ ਜੋ ਅੱਛਾ ਹਾਂਜੀ ਜੈਂਟਸ ਆਂਦਰਾਂ ਐਡਾ ਵੱਡਾ ਤਵੇਦਾ ਪਾਇਆ ਉਸ ਓਏ ਹੋਏ ਹੋਏ ਇਹ ਤਾਂ ਬਿਤਾਲੀ ਬਿਤਾਲੀ ਰੋਟੀਆਂ ਖਾ ਜਾਸੀ ਹੁਣ ਇਹਨੂੰ ਤਾਂ ਵੇਖ ਕੇ ਜਿਹੜੇ ਨੰਗੇ ਮੁਰਗੇ ਨਹੀਂ ਹੁੰਦੇ ਬਾਜ਼ਾਰਾਂ ਚੋਂ ਨਾ ਵੱਜ ਜਾਣਾ ਬਾਗੋ ਆਤਕਵਾਦੀ ਆ ਰਹਾ ਹੈ ਇਹ ਤਾਂ ਬੜੀ ਐਡਾ ਵੱਡਾ ਤਵੇਦਾ ਯਾ ਬੜੇ ਰੌਲੇ ਕੀ ਜਾਵਾ ਆ ਜਾ ਹੁਣ ਤੂੰ ਵੀ ਆ ਜਾ ਲੈ ਕੋਈ ਨਹੀਂ ਮੰਨਦਾ ਯਾਰ ਤੂੰ ਹੀ ਮੰਨਦਾ ਕੁਛ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਯਾਰ ਕੀ ਹੋਇਆ ਕੀ ਸੁਣਾ ਮੇਰੇ ਨਾਲ ਗੱਲ ਮੂੰਹ ਨਾ